ਸਤਿਕਾਰ ਜੀ ਸਾਰਿਆਂ ਨੂੰ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਅੱਜ ਦੇ ਇਸ ਖਾਸ ਪੇਸ਼ਕਸ਼ ਸਾਂਝਾ ਵਿਰਸਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਅਸੀਂ ਜਿਸ ਵਿਰਸੇ ਦੇ ਬਾਰੇ ਗੱਲ ਕਰਾਂਗੇ ਉਹ ਸ਼ਾਇਦ ਤੁਹਾਡੇ ਲਈ ਬਹੁਤ ਜ਼ਿਆਦਾ ਯੂਨੀਕ ਹੋਵੇਗਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਆਪਣੀ ਵਿਰਾਸਤ ਖੋ ਬੈਠੇ ਹਾਂ ਆਪਣਾ ਪੰਜਾਬੀ ਸੱਭਿਆਚਾਰ ਖੋ ਬੈਠੇ ਹਾਂ ਪਰ ਬਹੁਤ ਹੀ ਖਾਸ ਪਹਿਲਕਦਮੀ ਜਿਹੜੀ ਪੰਜਾਬ ਕਲਾ ਭਵਨ ਦੇ ਵੱਲੋਂ ਕੀਤੀ ਗਈ ਹੈ ਕੁਝ ਸਾਜ਼ ਇਹੋ ਜਿਹੇ ਰੱਖੇ ਗਏ ਨੇ ਜੋ ਪੁਰਾਤਨ ਸਮੇਂ ਦੇ ਵਿੱਚ ਇਸਤੇਮਾਲ ਹੁੰਦੇ ਸੀ ਅੱਜ ਵੀ ਹੁੰਦੇ ਨੇ ਪਰ ਸਾਨੂੰ ਨਹੀਂ ਪਤਾ ਉਹਨਾਂ ਦੇ ਬਾਰੇ ਕਿ ਉਹਨਾਂ ਦਾ ਕੀ ਮਹੱਤਵ ਸੀ ਕਿਸ ਤਰ੍ਹਾਂ ਦਾ ਸਾਜ਼ ਕਿਹੜਾ ਯੂਜ਼ ਕਰਦਾ ਸੀ ਸੋ ਕਈ ਤਰ੍ਹਾਂ ਦੇ ਇਹੋ ਜਿਹੀਆਂ ਸਾਜ਼ਾਂ ਦੇ ਬਾਰੇ ਅੱਜ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਗੱਲਬਾਤ ਕਰਾਂਗੇ ਪ੍ਰੀਤਮ ਹੋਰਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਸਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੇ ਆ ਸਾਜ਼ ਜਿਹੜੇ ਨੇ ਕਿਸ ਚੀਜ਼ ਵਾਸਤੇ ਵਰਤੇ ਜਾਂਦੇ ਸੀ ਤਾਂ ਕਿਹਨਾਂ ਕਿਹਨਾਂ ਦੇ ਵੱਲੋਂ ਇਹ ਜਿਹੜੇ ਸਾਜ਼ ਨੂੰ ਹੈ ਉਹ ਇਸਤੇਮਾਲ ਕੀਤਾ ਗਿਆ ਸੀ ਸੋ ਜ਼ਿਆਦਾ ਵਕਤ ਨਾ ਲੈਂਦੇ ਹੋਏ ਸਵਾਗਤ ਕਰਨਾ ਚਾਹਾਂਗੇ ਉਹਨਾਂ ਦੇ ਸਤਿ ਸ਼੍ਰੀ ਅਕਾਲ ਪ੍ਰੀਤਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਰ ਮੈਨੂੰ ਆਪਣੇ ਬਾਰੇ ਦੱਸੋ ਤੁਸੀਂ ਵੈਸੇ ਕਿੱਥੇ ਦੇ ਹੋ ਮੈਂ ਤਾਂ ਹੁਣ ਤਾਂ ਚੰਡੀਗੜ੍ਹ ਦਾ ਹੀ ਹਾਂ ਜੀ ਅੱਛਾ ਜੀ ਤੇ ਵੈਸੇ ਮੇਰਾ ਜਿਹੜਾ ਪਿਛੋਕੜ ਆ ਉਹ ਮਾਲਵੇ ਦਾ ਅੱਛਾ ਜੀ ਮਾਨਸਾ ਨੂੰ ਮੈਂ ਬਿਲੋਂਗ ਕਰਦਾ ਜੀ ਤੇ ਇੱਥੇ ਮੈਂ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਸਕੱਤਰ ਹਾਂ ਇਸ ਵੇਲੇ ਸੋ ਸਰ ਨਾਟਕ ਅਕੈਡਮੀ ਤਾਂ ਤੁਸੀਂ ਸਕੱਤਰ ਦੀ ਗੱਲ ਕੀਤੀ ਹੈ ਪਹਿਲੇ ਤਾਂ ਮੈਂ ਸ਼ੁਰੂਆਤ ਹੀ ਉਸ ਚੀਜ਼ ਤੋਂ ਕਰਾਂਗੀ ਤੇ ਅੱਜ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਨਾਟਕਾਂ ਦਾ ਉਸ ਸੰਗੀਤ ਦਾ ਕੀ ਅਹਿਮੀਅਤ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਨਹੀਂ ਉਹ ਤਾਂ ਦੇਖੋ ਹਮੇਸ਼ਾ ਹੀ ਰਹੀ ਹੈ ਹੁਣ ਇਹ ਹੈ ਵੀ ਪੰਜਾਬੀ ਰੰਗਮੰਚ ਪੰਜਾਬੀ ਥੀਏਟਰ ਬਹੁਤ ਵਿਕਸਿਤ ਹੋ ਚੁੱਕਿਆ ਹੁਣ ਪੂਰੇ ਪੰਜਾਬ ਦੇ ਵਿੱਚ ਥੀਏਟਰ ਹੁੰਦਾ ਛੋਟੇ ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਚੰਡੀਗੜ੍ਹ ਥੀਏਟਰ ਦਾ ਗੜ੍ਹ ਹੈ ਅੰਮ੍ਰਿਤਸਰ ਪੰਜਾਬੀ ਰੰਗਮੰਚ ਦਾ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਗੜ੍ਹ ਹੈ ਇਸੇ ਤਰ੍ਹਾਂ ਹੋਰਨਾਂ ਥਾਵਾਂ 'ਤੇ ਲੁਧਿਆਣੇ ਦੇ ਵਿੱਚ ਅਤੇ ਕਈ ਜਿੱਥੋਂ ਜਿੱਥੋਂ ਦੇ ਕੋਈ ਨਾਟਕਕਾਰ ਹੋਏ ਨੇ ਜਿੱਦਾਂ ਮਾਨਸਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਹੋਏ ਨੇ ਅਤੇ ਜਾਂ ਅੰਮ੍ਰਿਤਸਰ ਗੁਰਸ਼ਰਨ ਭਾਅ ਜੀ ਨੇ ਉੱਥੇ ਇਹ ਬੂਟਾ ਲਾਇਆ ਅੱਜ ਕੱਲ੍ਹ ਕੇਵਲ ਧਾਲੀਵਾਲ ਸਾਹਿਬ ਜੋ ਸਾਡੇ ਪ੍ਰਧਾਨ ਵੀ ਨੇ ਅਤੇ ਉਹਨਾਂ ਦਾ ਗਰੁੱਪ ਕੰਮ ਕਰ ਰਿਹਾ ਅਤੇ ਉਹ ਇਕੱਲਾ ਗਰੁੱਪ ਨਹੀਂ ਵੈਸੇ ਵੀ ਉਹ ਉੱਥੇ ਬਹੁਤ ਜਿਹੜੀ ਰੰਗਮੰਚ ਦੀ ਐਕਟੀਵਿਟੀ ਕਰ ਰਿਹਾ ਹਰ ਸਾਲ ਇੱਕ ਇੱਕ ਮਹੀਨੇ ਦੀਆਂ ਵਰਕਸ਼ਾਪਸ ਲਾਉਂਦੇ ਆ ਅਤੇ ਇਹਦੇ ਨਾਲ ਅਕੈਡਮੀ ਦਾ ਜਿਹੜਾ ਦੂਸਰਾ ਨਾਲ ਕੰਮ ਹੈ ਉਹ ਹੈ ਸੰਗੀਤ ਦਾ ਅਤੇ ਨ੍ਰਿਤ ਦਾ ਡਾਂਸ ਦਾ ਅਤੇ ਨਾਂ ਨੂੰ ਇਹਦਾ ਕਹਿਣ ਨੂੰ ਭਾਵੇਂ ਪੰਜਾਬ ਸੰਗੀਤ ਨਾਟਕ ਅਕੈਡਮੀ ਹੈ ਇੱਕ ਅਕੈਡਮੀ ਹੈ ਪਰ ਇਹਦੇ ਵਿੱਚ ਤਿੰਨ ਅਕੈਡਮੀਆਂ ਨੇ ਅਸਲ ਦੇ ਵਿੱਚ ਇੱਕ ਥੀਏਟਰ ਪੂਰਾ ਹੀ ਇੱਕ ਸੰਗੀਤ ਸੰਗੀਤ ਦੇ ਵਿੱਚ ਦੋਵੇਂ ਤਿੰਨੇ ਤਰ੍ਹਾਂ ਦਾ ਸੰਗੀਤ ਆ ਜਾਂਦਾ ਜਿਹੜਾ ਹੈਗਾ ਲੋਕ ਸੰਗੀਤ ਹੈ ਜਿਹੜਾ ਫਿਰ ਕਲਾਸੀਕਲ ਜਿਹਨੂੰ ਆਪਾਂ ਸ਼ਾਸਤਰੀ ਸੰਗੀਤ ਕਹਿੰਦੇ ਹਾਂ ਅਤੇ ਫਿਰ ਜਿਹੜਾ ਪਾਪੂਲਰ ਜਿਹੜਾ ਅੱਜ ਕੱਲ੍ਹ ਜ਼ਿਆਦਾ ਚੱਲਦਾ ਅਤੇ ਇਸੇ ਤਰ੍ਹਾਂ ਨ੍ਰਿਤ ਨ੍ਰਿਤ ਦੇ ਵਿੱਚ ਵੀ ਜਿਹੜਾ ਹੈਗਾ ਸ਼ਾਸਤਰੀ ਨ੍ਰਿਤ ਆ ਜਾਂਦਾ ਫਿਰ ਲੋਕ ਨਾਚ ਆ ਜਾਂਦੇ ਆ ਅਤੇ ਕਾਫੀ ਜਿਹੜਾ ਵੱਡਾ ਜਿਹੜਾ ਦਾ ਘੇਰਾ ਹੈਗਾ ਅਕੈਡਮੀ ਦਾ ਅਤੇ ਕੋਸ਼ਿਸ਼ ਕਰਦੀ ਹੈ ਅਕੈਡਮੀ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਕਰਕੇ ਜਿਹੜਾ ਵਿਰਸਾ ਹੈ ਜਿਹਦੇ ਵਿੱਚ ਸਾਡੇ ਲੋਕ ਨਾਚ ਨੇ ਸਾਡਾ ਲੋਕ ਰੰਗਮੰਚ ਹੈ ਜਾਂ ਲੋਕ ਸੰਗੀਤ ਹੈ ਉਹਨੂੰ ਸੰਭਾਲ ਕੇ ਰੱਖਿਆ ਜਾਵੇ ਇਹ ਜਿਹੜੀ ਸੰਗੀਤਸ਼ਾਲਾ ਜਿਹੜੀ ਬਣਾਈ ਹੈ ਇਹ ਵੀ ਇਸੇ ਗਰਜ਼ ਦੇ ਨਾਲ ਹੀ ਬਣਾਈ ਗਈ ਸੀ ਕਿ ਜਿਹੜੇ ਘੱਟੋ ਘੱਟ ਜਿਹੜੇ ਸਾਡੇ ਸਾਜ਼ ਨੇ ਜਿਹਦੇ 'ਚ ਖਾਸ ਕਰਕੇ ਤੰਤੀ ਸਾਜ਼ ਨੇ ਜਿਹੜੇ ਜਿਹੜੇ ਸਾਡੇ ਗੁਰਮਤਿ ਸੰਗੀਤ ਦਾ ਇੱਕ ਮਤਲਬ ਅਟੁੱਟ ਹਿੱਸਾ ਨੇ ਤੰਤੀ ਸਾਜ਼ ਅਤੇ ਇਸ ਤੋਂ ਬਿਨਾਂ ਜਿਹੜੇ ਵਿੰਡ ਇੰਸਟਰੂਮੈਂਟ ਜਿਹਨੂੰ ਆਪਾਂ ਕਹਿੰਦੇ ਜਿਹੜੇ ਹਵਾ ਫੂਕ ਦੇ ਨਾਲ ਵੱਜਣ ਵਾਲੇ ਜਿਹੜੇ ਸਾਜ਼ ਨੇ ਉਹ ਅਤੇ ਫਿਰ ਜਿਹੜੇ ਤਾਲ ਵਾਲੇ ਸਾਜ਼ ਨੇ ਜਿਹਦੇ 'ਚ ਢੋਲ ਢੋਲਕ ਢੱਡ ਵਗੈਰਾ ਇਹ ਆਉਂਦੇ ਇਹ ਸਾਰੇ ਅਸੀਂ ਰੱਖੇ ਹੋਏ ਆ ਇੱਥੇ ਵਾਰੀ ਵਾਰੀ ਜ਼ਰੂਰ ਡਿਸਪਲੇ ਕਰਨਾ ਚਾਹਾਂਗੀ ਸਰ ਮੈਨੂੰ ਇਹ ਦੱਸੋ ਵੈਸੇ ਤਾਂ ਕਹਿੰਦੇ ਨੇ ਕਿ ਸਮੇਂ ਦੇ ਹਿਸਾਬ ਦੇ ਨਾਲ ਤਬਦੀਲ ਹੋਣਾ ਬਹੁਤ ਜ਼ਰੂਰੀ ਹੈ ਹੈ ਨਾ ਪਰ ਇਹ ਜਿਹੜਾ ਸੰਗੀਤ ਦੇ ਵਿੱਚ ਤਬਦੀਲੀ ਆ ਰਹੀ ਹੈ ਇਹ ਸਾਜ਼ਾਂ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ ਕੀ ਇਹ ਠੀਕ ਹੈ ਨਹੀਂ ਦੇਖੋ ਸਮੇਂ ਦੇ ਨਾਲ ਮੈਂ ਸਮਝਦਾ ਤਬਦੀਲੀ ਜ਼ਰੂਰੀ ਹੁੰਦੀ ਆ ਅਤੇ ਪਰ ਇਹ ਵੀ ਕਈ ਚੀਜ਼ਾਂ ਕਿਸੇ ਗੱਲ ਦੇ ਨਾਲ ਹੀ ਜੁੜੀਆਂ ਹੁੰਦੀਆਂ ਨੇ ਉਹਦੇ ਨਾਲ ਹੀ ਉਹ ਜਿਹੜੀਆਂ ਉਹ ਸ਼ੋਭਾ ਦਿੰਦੀਆਂ ਨੇ ਅਤੇ ਜਿਹੜਾ ਹੁਣ ਟਰੈਕਟਰ ਦਾ ਟਾਇਰ ਆ ਉਹ ਸਾਈਕਲ 'ਤੇ ਤਾਂ ਫਿੱਟ ਨਹੀਂ ਹੋ ਸਕਦਾ ਨਾ ਜੀ ਉਹਦਾ ਟਰੈਕਟਰ 'ਤੇ ਹੀ ਫਿੱਟ ਹੋਏਗਾ ਇਸੇ ਤਰ੍ਹਾਂ ਹੁਣ ਜਿਹੜਾ ਲੋਕ ਸੰਗੀਤ ਹੈ ਜਾਂ ਹੋਰ ਉਹ 'ਚ ਜੇ ਲੋਕ ਸਾਜ਼ ਹੋਣਗੇ ਤਾਂ ਹੀ ਜਿਹੜੀ ਉਹਦੀ ਲੋਕ ਸੰਗੀਤ ਦੀ ਠੁੱਕ ਹੋਏਗੀ ਅਤੇ ਜੇ ਤੁਸੀਂ ਕਹੋਗੇ ਕਿ ਅਸੀਂ ਜਿਹੜੇ ਨਵੇਂ ਸਾਜ਼ ਨੇ ਜਾਂ ਸਿੰਥੇਸਾਈਜ਼ਰ 'ਤੇ ਕੀਬੋਰਡ 'ਤੇ ਅਸੀਂ ਲੋਕ ਸੰਗੀਤ ਦੀ ਗੱਲ ਕਰ ਲਾਂਗੇ ਠੀਕ ਹੈ ਉਹਦੇ ਨਾਲ ਮਿਲਦੀ ਜੁਲਦੀ ਤੁਸੀਂ ਜਿਹੜੀ ਆਵਾਜ਼ ਧੁਨ ਜਿਹੜੀ ਆ ਉਹ ਪ੍ਰੋਡਿਊਸ ਕਰ ਲਓਗੇ ਪਰ ਉਹ ਗੱਲ ਨਹੀਂ ਬਣਦੀ ਜਿਹੜੀ ਸਾਰੰਗੀ ਆ ਉਹ ਸਾਰੰਗੀ 'ਚ ਹੀ ਆ ਉਹ ਗੱਲ ਅਤੇ ਸਾਰੰਗੀ ਨੂੰ ਤੁਸੀਂ ਦੂਸਰੇ ਸਾਜ਼ਾਂ 'ਤੇ ਵਜਾਉਣ ਦੀ ਜੇ ਕੋਸ਼ਿਸ਼ ਕਰੋਗੇ ਬੀਨ ਨੂੰ ਜੇ ਤੁਸੀਂ ਹਾਰਮੋਨੀਅਮ 'ਤੇ ਜਾਂ ਪੇਟੀ 'ਤੇ ਵਜਾਉਣ ਦੀ ਕੋਸ਼ਿਸ਼ ਕਰੋਗੇ ਪਰ ਉਹ ਬੀਨ ਵਾਲੀ ਜਿਹੜੀ ਗੱਲ ਆ ਉਹ ਬੀਨ ਨਾਲ ਹੀ ਬਣਨੀ ਹੈ ਸੋ ਇਸ ਤਰ੍ਹਾਂ ਸਾਰੇ ਸਾਜ਼ਾਂ ਦਾ ਆਪਣਾ ਆਪਣਾ ਮਹੱਤਵ ਹੈ ਅਤੇ ਅਸਲ ਦੇ ਵਿੱਚ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ
जिस तरह होर बाहरी होना होरना चीज़ों का जो है हो रहा है ना जी विकास हो रहा है उदा उस तरीके कलावां का विकास भी होंगे तो पर कलावां दे विच साडे जिहड़ी इक जिहड़ी गल आ जिहड़ी मनुख की रूह नाल जुड़ी हुई गल हुंदी है कला की वह बाहरी विकास नाल जां होर उहदे नाल नहीं जुड़ी हुंदी तो इस करके यह है कि तुसीं दुनिया के जिथे भी चले जाओ अजे भी उन्होंने अपनी विरासत नूं अपने उन्होंने साजा नूं होर संभाल के जिहड़ा है रख्या होया जे तुसीं मैं दुनिया की गल ना करा तुसीं पंजाब तो बाहर भारत के किसी भी कोने चले जाओ नॉर्थ ईस्ट दे विच चले जाओ राजस्थान च चले जाओ होर वो वध तो वध कोशिश करते हैं कि असी अपने लोक संगीत नूं लोक साजां दे उपर ही पेश करिए ये मार सिर्फ पंजाबियों नूं पई है जिहड़े ऑक्टोपैड दे उपर डांस करी जांदे आ ते पॉप रैप पता नहीं इत्थे की कुछ आ गया ते पर साडी अकैडमी दी कोशिश है भी असीं अपने विरसे नूं क्योंकि जिहड़ी रूह दी गल है ओह तुहाडे उहनां असल दे विच उहनां साजां जां उत्थे पई हुंदी है। बिल्कुल। सो मैं सर चाहवांगी कि तुसी वारी वारी सानू इन्हां साज़ां बारे जरूर दसो और सानू जिथे तक सुनन नूं मिलिया कि ये साज़ बहुत उगे जिहड़े संगीतकार सी जिहड़े गायक सी उहनां दे वल्लों वरते गए ने। हाँ जी ये असल दे विच तुहाडी गल बिल्कुल ठीक है कि ये साज़ उहनां ने पंजाब संगीत नाटक अकादमी नूं जिहड़े एक तरीके नाल भेंट कीते आ तो ये साज भी मैं प्रोफेसर राजपाल सिंह अजक साढ़े च नहीं रहे वह तो ये उन्होंने कोशिश नाल उन्होंने हिम्मत के नाल जो मेरे वाली थान पर सकत्र सी पंजाब संगीत नाटक अकादमी ने यह संगीतशाला बनाने उन्हों का बहुत वड्डा रोल है तो वह साज उन्होंने कोशिशों नाल ही जोड़े ये साज आए थे जिदा ये तुम अलगोजा देख रहे हो ना ये पै जरा ये अलगोजा मंगल सुनामी जी का मंगल सुनामी वो अलगोजा वादक से जिन्होंने बहुत लंबा समा फिल्मों तो लैके होर सारिया थावां ते अपने अलगोजे का जिहड़ा है वादन किया तो इस तरह जिहड़ा हैगा ये जिहड़ी ढड है ये नाल ही पई है ये अमर सिंह शौंकी होर दी ढड है तो जिहड़ा ढड सारंगी की गायकी है ना जी ढड सारंगी की गायकी अमर सिंह शौंकी का नाँ लए बिना अधूरी है तो अमर सिंह शौंकी वो वाहद एक इदां दे ढाडी होए आ जिन्हां ने लोग ढाडी वजों भी जिन्हों मानता मिली तो बाद धार्मिक स्टेजा के उत्ते गुरुद्वार उन्होंने धार्मिक जोड़े है भावें धार्मिक वारा होन भावें गीत होन संगीत हो ढड सारंगी बहुत ज़्यादा पापूलर होया तो इस तरह के नाल ही लाल चंद जमला जट जी की तूंबी है तो ये जिदा ढड है ढड शौंकी साहब की जी है जी हैगी उन्होंने जोड़ा है इंतकाल होने तो बाद उन्होंने परिवार वालों दी गई इस तरह ये अलगोजे भी उन्होंने परिवार वालों दिए गए तो इस तरह ये लाल चंद जमला जट जी की तूंबी जिदे तो उम्र ये असल असल तूंबी नहीं है किंग है लाल चंद जमला जट जी असल किंग ही गाँवते कहें भावें तूंबी सी तो उन्होंने जी है उन्होंने परिवार वालों ये जी है भेंट की गई तो इन इस तूंबी के नाल जां किंग दे नाल उन्होंने बहुत लंबा समा जिहड़ा है लाल चंद जमला जट जी का अज भी जो पुराने पहले जो विआह हुंदे सी ना सब तो पहला जो जो गीत वजदे सी तवे जिन्हों डिस्क जिहड़े काले तवे कहिंदे सी सब तो पहला इन्हां दा जिहड़ा गीत वो लाउंदे सी जां वजाउंदे सी सतगुरु नानक तेरी लीला न्यारी है नीजां लाला वेंदी दुनिया सारी है वह इसे तूंबी के उत्ते इसे किंग दे उपरों गाउंदे सी तो इस तरह इन्हां दे नाल जिहड़ा साज है ये घुंगरू है एक घुंगरू सुरेंद्र कौर जी दे तो सुरेंद्र कौर जी ने भी स्टेज पर क्योंकि वह सिर्फ घुंगरू ही बजाते घनसाज कहने आप स्टेज उत्ते होर इंस्ट्रूमेंट नहीं कोई बजाते आप नहीं कई बार कई सिंगर आप खुद बजाते ना वो ये वैसे प्रकशन इंस्ट्रूमेंट है यह जिहड़ा रिदम दे नाल चलता है तो ये वह भी उन्होंने वालों भेंट किया गया ते क्योंकि वो साढ़े उन्होंने पद्म श्री भी मिलिया तो वो जी संगीत नाटक अकैडमी के अवार्ड भी रहे हैं तो ये नाल ही ये गुरदास मान जी की डफली है ये डफली खुद आप गुरदास मान जी भेंट करके गए तो वो बहुत भावक से जो भेंट करके गए अपने इन बकायदा इस रुमाले दे विच बन के अपने सिर ते रख के लैके आए तो ये भी एक इतिहासक है क्योंकि इतिहासक इस करके है कि जो दूरदर्शन तो लैके स्टेजा तो लैके उन्होंने जो तो गाना शुरू किया उस तो बाद तखर बहुत तो फिल्मों च होर पासे चले गए इसे डफली दे नाल उन्होंने लंबा समा गाया तो ये सारे जो साज ने ये उन्होंने नाल संबंधित ने तो एक जरा साज उधर जो शीशे ढोल लग्या होया सामने ये पाना राम जी का पाना राम जी साढ़े वो ढोल वादक होया जिन्ह ने
नया दौर फिल्म दे विच ढोल बजाया ते नाल खुद नचे भी भंगड़ा भी पाया जिहड़ी पुरानी जिहड़ी हिंदी दी फिल्म सीगी बहुत सारियां फिल्मां च बजाया ते देश दी जिहड़ी है तकसीम तो बाद हिंदुस्तान दी तकसीम तो बाद जदों वंड होई क्योंकि वह पहलां शेखूपुरा ननकाणा साहब दे नेड़े उत्थों दे सीगे ते वह तकसीम वेले फिर इधर आया परिवार उन्हां दा ते पूरे पंजाब दे विच फिल्म सनत दे विच जिहड़ा सी पैड़ां पाउण वाले भाना राम जी दा ढोल भी जिहड़ा है उन्होंने परिवार ने भेंट किया होया ते हाँ जिहड़े ये साज ने ना अगे तुसी जिहड़ा ये देख रहे हो शीशे दे विच ते ये शीशे वाली शायद तस्वीर स्पष्ट ना आवे इहदे नाल पिया इधर ते ये सारण दा है ते ये जिहड़ा हैगा स्ट्रिंग इंस्ट्रूमेंट है ते गुरमत संगीत दे नाल बहुत इहदा जिहड़ा हैगा ज़्यादा संबंध है सारण दा दा ते इस तरह असी उह सिरे ते सब तो पहला ना जी वो अरबाब रखी हुई है ते क्योंकि गुरमत संगीत की शुरुआत ही रबाब तो हुंदी है गुरु नानक देव साहब ने जदों बाणी का जदों उच्चारण किया ते भाई मरदाना जी नाल रबाब वजाउंदे सीगे इस करके रबाब का जिहड़ा अटुट अंग है गुरमत संगीत दे नाल रागां दे नाल ते इस तरह ये भी जिहड़ा ये सारण दा असल दे विच सारण दा भी जिहड़ा गुरमत संगीत दे नाल संबंधित जिहड़ा हैगा इंस्ट्रूमेंट है इस तरह अगे जे ये कुछ फोक इंस्ट्रूमेंट ने जी चाहे खड़ताला भावें आपां मंदरां दे विच कीर्तन वेले वजाउंदे पर यह है फोक इंस्ट्रूमेंट इहदे नाल जिहड़ा गिड़दा है इहनूं सप्प भी कहिंदे आ गिड़दा भी कहिंदे आ ते कई नां ने इहनूं फट्टियां भी कहिंदे आ ते इह जिहड़ा हैगा मलवई गिद्धा असल दे विच उहदा जिहड़ा हैगा साज है इह इक तरीके दा जिहड़ा लोक साज है ते इहदे नाल जिहड़ा है इह भी स्ट्रिंग इंस्ट्रूमेंट है असराज कहिंदे इहनूं ते भावें इह जिहड़ा हैगा इक तरहां दी मुगलिया उहदे वल्लों आए हुए ने जिहड़े उस कल्चर चों आए हुए ने पर नाल इह भी कहा जांदा है कि उत्थे संगीत दे उत्ते पाबंदी सीगी जिहड़े शासक सीगे मुगल शासक संगीत नूं प्रेम नहीं सी करदे पर इह सारे साज इहदे नां तों भी देखो फारसी दे नां ने इह ते इह सारण दा असराज ते इस तों जिहड़ा वाद इह हैगा जिहड़ा ताउस ਇਹ ਪਹਿਲਾਂ ਸਾਰੰਗੀ ਹੈ ਸਾਰੰਗੀ ਕਲਾਸੀਕਲ ਇੰਸਟਰੂਮੈਂਟ ਵੀ ਹੈ ਤੇ ਫੋਕ ਇੰਸਟਰੂਮੈਂਟ ਵੀ ਹੈ ਪੰਜਾਬ ਦੇ ਜਿਹੜੇ ਢਾਡੀ ਨੇ ਉਹ ਸਾਰੰਗੀ ਤੇ ਹੀ ਜਿਹੜੇ ਗਾਉਂਦੇ ਆ ਇਹ ਛੋਟੀ ਸਾਰੰਗੀ ਇਹਨੂੰ ਟੋਟਾ ਵੀ ਕਹਿ ਦਿੰਦੇ ਆ ਇਹਦੇ ਨਾਲ ਇਹ ਢੱਡ ਹੈਗੀ ਤੇ ਢੱਡ ਤੇ ਸਾਰੰਗੀ ਦਾ ਆਪਸ ਦੇ ਵਿੱਚ ਮੇਲ ਹੈ ਇਕੱਠਾ ਦੋਵਾਂ ਦਾ ਤੇ ਇਹਦੇ ਨਾਲ ਜਿਹੜਾ ਹੈ ਇਹ ਤਾਊਸ ਹੈ ਤੇ ਵੈਸੇ ਤਾਊਸ ਪੂਰੇ ਦੇਸ਼ ਦੇ ਵਿੱਚ ਜਿੱਥੇ ਇਹ ਸੰਗੀਤ ਦੇ ਅਲੱਗ ਅਲੱਗ ਘਰਾਣੇ 'ਚ ਵਰਤਿਆ ਜਾਂਦਾ ਇਹ ਵੀ ਜਿਹੜਾ ਸਟ੍ਰਿੰਗ ਇੰਸਟਰੂਮੈਂਟ ਹੈ ਇਹ ਬੋ ਦੇ ਨਾਲ ਗਜ਼ ਦੇ ਨਾਲ ਵੱਜਦਾ ਇਹ ਵੀ ਅਤੇ ਇਹ ਦਸਵੇਂ ਪਾਤਸ਼ਾਹ ਵੇਲੇ ਜਿਹੜਾ ਹੈ ਇਹ ਬਹੁਤ ਪਾਪੂਲਰ ਰਿਹਾ ਤਾਊਸ ਕਿਉਂਕਿ ਫਾਰਸੀ ਵਿੱਚ ਮੋਰ ਨੂੰ ਕਹਿੰਦੇ ਆ ਇਹਦੀ ਸ਼ਕਲ ਮੋਰ ਵਰਗੀ ਹੁੰਦੀ ਹੈ ਅਤੇ ਦੂਸਰੇ ਜਿਹੜੇ ਸਾਡਾ ਹਿੰਦੀ ਬੈਲਟ ਹੈ ਜਾਂ ਹੋਰ ਪੁਰਾਣਾ ਜਿਹੜਾ ਜੇ ਸਾਡਾ ਜਿਹੜਾ ਭਾਰਤੀ ਸੰਗੀਤ ਹੈ ਉਹ ਇਹਨੂੰ ਮਯੂਰ ਵੀਣਾ ਕਹਿੰਦੇ ਆ ਜਿੱਦਾਂ ਮਯੂਰ ਸਾਨੂੰ ਪਤਾ ਕਿ ਮੋਰ ਨੂੰ ਕਹਿੰਦੇ ਆ ਅਤੇ ਵੈਸੇ ਇਹਨੂੰ ਤਾਊਸ ਕਹਿੰਦੇ ਆ ਅਤੇ ਤਾਨਪੁਰਾ ਤਾਂ ਸਾਡਾ ਜਾਣਿਆ ਪਛਾਣਿਆ ਸਾਜ਼ ਹੈ ਅਤੇ ਇਹੀ ਨੇ ਕੁਛ ਸਾਜ਼ ਅਸੀਂ ਉੱਧਰ ਡਿਸਪਲੇ ਕੀਤੇ ਹੋਏ ਪੁਰਾਣੇ ਅਤੇ ਉਹਦੇ 'ਚ ਵੀ ਜ਼ਿਆਦਾ ਜਿਹੜੇ ਹੈਗੇ ਲੋਕ ਸਾਜ਼ ਹੀ ਨੇ ਜਿਹੜੇ ਆਮ ਇਹੀ ਨੇ ਲਗਭਗ ਇਹ ਜਿਹੜੇ ਸਾਰੇ ਸਾਜ਼ ਨੇ ਨਾ ਇਹ ਵਰਕਿੰਗ ਨੇ ਤੁਸੀਂ ਜੇ ਹੁਣ ਵੀ ਚਾਹੋ ਇਹਨਾਂ ਨੂੰ ਜੇ ਵਜਾ ਸਕਦੇ ਹੋ ਇਹ ਅਸੀਂ ਸਪੈਸ਼ਲ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਪਿੱਛੇ 2-3 ਸਾਲ ਪਹਿਲਾਂ ਜਿਹੜਾ ਹੈ ਇਹ ਬਕਾਇਦਾ ਬਜਟ ਰੱਖ ਕੇ ਇਹ ਸਾਜ਼ ਖਰੀਦੇ ਨੇ ਤਾਂ ਕਿ ਸੰਗੀਤਸ਼ਾਲਾ ਦਾ ਸਿਰਫ ਇਹ ਨਾ ਹੋਵੇ ਵੀ ਇਹ ਸੰਗੀਤਸ਼ਾਲਾ ਇੱਕ ਅਜਾਇਬ ਘਰ ਲੱਗੇ ਇੱਥੇ ਜਿਹੜੇ ਹੈਗੇ ਵਰਕਿੰਗ ਇੰਸਟਰੂਮੈਂਟ ਵੀ ਜਿਹੜੇ ਹੋਣ ਇਹ ਹੁਣ ਨਗਾਰਾ ਹੈ ਇਹ ਵੀ ਬੜਾ ਜਿਹੜਾ ਹੈਗਾ ਹਾਲਾਂਕਿ ਨਗਾਰੇ ਦਾ ਸੰਬੰਧ ਸਾਡੀ ਲੜਾਈਆਂ ਨਾਲ ਹੈ ਜੰਗਾਂ ਯੁੱਧਾਂ ਦੇ ਨਾਲ ਹੈ ਅਤੇ ਨਗਾਰਾ ਉੱਦਾਂ ਕਿਸੇ ਜਿਹੜਾ ਹੈਗਾ ਸੰਗੀਤ ਦੇ ਰੂਪ ਦੇ ਵਿੱਚ ਉੱਦਾਂ ਨਹੀਂ ਵਜਾਇਆ ਜਾਂਦਾ ਅਤੇ ਇੱਕ ਨੌਬਤ ਸ਼ਬਦ ਤੁਸੀਂ ਸੁਣਿਆ ਹੋਣਾ ਨੌਬਤ ਮੁਹਾਵਰਾ ਕਹਿੰਦੇ ਕੀ ਨੌਬਤ ਆ ਗਈ ਹਾਂ ਅਤੇ ਅਸਲ ਦੇ ਵਿੱਚ ਨੌਬਤ ਜਿਹੜੀ ਹੈਗੀ ਇੱਕ ਬਕਾਇਦਾ ਇੱਕ ਤਾਲ ਹੈ ਜਿਹੜੀ ਇਹ ਨਗਾਰੇ ਦੇ ਉੱਤੇ ਵਜਾਈ ਜਾਂਦੀ ਹੈ ਉਦੋਂ ਹੀ ਵਜਾਈ ਜਾਂਦੀ ਹੈ ਜਦੋਂ ਕੋਈ ਫੌਜ ਹਮਲਾ ਕਰਦੇ ਕੋਈ ਸੰਕਟ ਆ ਜਾਏ ਤਾਂ ਫਿਰ ਉਹ ਬਕਾਇਦਾ ਜਦੋਂ ਜਿਹੜਾ ਨਗਾਰਾ ਦਾ ਜਿਹੜਾ ਸੀਗਾ ਵਜੰਤਰੀ ਅਤੇ ਉਹ ਇਹਦੇ 'ਤੇ ਉਹ ਇਹ ਕਿਉਂਕਿ ਦੋ ਡੱਗਿਆਂ ਦੇ ਨਾਲ ਵੱਜਦਾ ਅਤੇ ਉਹ ਫਿਰ ਇਹਦੇ 'ਤੇ ਵਜਾਉਂਦਾ ਸੀ ਉਹ ਤਾਲ ਨੌਬਤ ਅਤੇ ਹੁਣ ਵੀ ਤੁਸੀਂ ਦੇਖਿਆ ਹੋਊਗਾ ਜਿਹੜੇ ਪੀਰਖਾਨੇ ਵਗੈਰਾ ਨੇ ਨਾ ਜਿਹੜੇ ਪੀਰਾਂ ਦੀਆਂ ਥਾਵਾਂ ਨੇ ਉੱਥੇ ਜਿਹੜੇ ਢੋਲੀ ਨੇ ਅਤੇ ਉਹ ਨੌਬਤ ਦੀ ਜਿਹੜੀ ਤਾਲ ਆ ਉਹ ਵਜਾਉਂਦੇ ਆ ਅਜੇ ਵੀ ਅਤੇ ਇਹ ਖਾਸ ਖਾਸ ਜਿਹੜੇ ਹੈਗੇ ਇੰਸਟਰੂਮੈਂਟ ਨੇ ਜੋ ਅਸੀਂ ਰੱਖੇ ਆ ਅਤੇ ਇਹ ਸਾਰੇ ਕੰਮ ਕਰਦੇ ਆ ਵਰਕਿੰਗ ਹੈ ਕੋਈ ਵੀ ਆਵੇ ਸੰਗੀਤਕਾਰ ਇਹਨਾਂ ਨੂੰ ਵਜਾ ਸਕਦਾ ਉਹ ਉਹਨਾਂ ਦੀ ਆਰਕਾਈਵਲ ਵੈਲਿਊ ਆ ਜਿਹੜੇ ਸੰਗੀਤਕਾਰਾਂ ਨੇ ਸਾਨੂੰ ਦਿੱਤੇ ਆ ਕੁਛ ਅਸੀਂ ਇਹ ਤਸਵੀਰਾਂ ਜਿਹੜੀਆਂ ਇਹ ਪੋਰਟਰੇਟ ਨੇ ਇਹ ਡਿਸਪਲੇ ਕੀਤੇ ਹੋਏ ਨੇ ਜਿਵੇਂ ਉਹ
सिरे उत्ते आसा सिंह मस्ताना साढ़े लोक गायक रहे ने साढ़े पापूलर तो उन्होंने नाल ये अमर सिंह शौंकी जिन्हों की मैं गल करके हटिया ये बड़े गुलाम अली खां जिहड़े पटियाला घराने दे जिहड़े स्टालवार्ट होए ते ये रागी समुंद सिंह जी जिहड़े पहले रागियों चो साढ़े आउंदे गुरमत संगीत दे नाल ही भाना राम जी जिन्हों की मैं गल करके हटिया ये तस्वीर भाना राम जी की है जिन्हें ये ढोल बजाउंदे सी जिन्होंने नया दौर दे विच काम कीता ये सरदार गुरशरण सिंह जिहड़े नाटककार होए ने ते उन्होंने नाल ही बीबी सुरेंद्र कौर जिन्हों का बड़ा नाम रहा तो उन्होंने नाल ही जिहड़े अपना पूर्ण चंद बड़ाली ते प्यारे लाल प्यारे लाल हुण नहीं रहे साढ़े विचकार ये दोवें भरावां दी इकट्ठी फोटो है तो इस तरह नाल उधर भी जिहड़ियां डिस्प्ले इदां दियां सुरेंद्र कौर की भैन ये प्रकाश कौर जी की पोर्ट्रेट है तो ये सुरेंद्र कौर जी भी साढ़े च नहीं रहे प्रकाश कौर भी नहीं रहे ये काशी राम जी जिहड़े बीन हुंदी है ना जोगियां वाली वह बीन बजाउंदे सी ते इन्हां दा इंस्ट्रूमेंट भी जिहड़ा है असीं लै के आउणा इन्हां दे परिवार ने कहा सी कि असीं तुहानूं देंगे ते इह उह बीन बजाउंदे सी इह करनैल सिंह पारस इन्हां दा बहुत वड्डा जिहड़ा नायक विशरी दे विच खास करके ते इन्हां दे नाल जिहड़ी मुहम्मद रफी साहब क्योंकि उह वी पंजाबी सीगे ते जिन्हां ने हर तरह दे विच बहुत सारियां भाषावां दे विच गाया हिंदुस्तानी दे विच तां खैर गाए फिल्मां दे विच तां उहदे नाल पंजाबी होर भाषावां दे विच वी बहुत च गाया तो इन्हां दे नाल नाटककार प्रोफेसर अजमेर सिंह औलखोरां दी है तो इस तरह वो नीचे लाल चंद जमला जट जी तो उही तूंबी जिहड़ी उन्हां दे हत्थ जिहड़ी साडे कोल इत्थे है वो फड़ी हुई है तो इहदे नाल बलराज सानी ये भी साडे पंजाबी दे फिल्मां दे विच बहुत वड्डा नाम सी इन्हां दा तो ये सी जिहड़े हैगे कुछ पोर्ट्रेट जिहड़े डिस्प्ले इत्थे कीते होए आ हाँ जी होर दस्सो सो सर तुसीं संगीत कर लैंदे तुसीं गा लैंदे हो नहीं मेरा गायकी नाल उदां दा मैं कोई प्रोफेशनल गायक नहीं हैगा ते पर क्योंकि लोक संगीत नाल जुड़े होण करके जिद्दां बोलियां पाउणियां ने जां जिहड़े लोक गीत ने ना वो गा लईदे आ जां थोड़े मोटे कोई ना कोई इंस्ट्रूमेंट जिद्दां तूंबी है जां होर है ते जां ढोल है जां होर है वो थोड़ा मोटा जिहड़ा हैगा बजारे दा गुजारे जोगा ਤੇ ਮੈਂ ਕੋਈ ਉਦਾਂ ਦਾ ਕੋਈ ਸਥਾਪਿਤ ਸੰਗੀਤਕਾਰ ਨਹੀਂ ਹੈਗਾ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਵੀਡੀਓ ਦੇ ਐਂਡ ਹੀ ਤੁਹਾਡੇ ਲੋਕ ਗੀਤ ਤੋਂ ਕਰਨੀ ਚਾਹੀਦੀ ਹੈ ਸੋ ਦੋ ਤੁੱਕਾ ਮੈਂ ਚਾਹਾਂਗੀ ਜ਼ਰੂਰ ਤੁਸੀਂ ਸੁਣਾਓ ਮੈਂ ਤੁਹਾਨੂੰ ਮੈਂ ਬੋਲੀ ਸੁਣਾ ਦਿੰਦਾ ਕੋਈ ਕਿਉਂਕਿ ਬਾਕੀ ਸਾਰਬ ਕਾਸ ਲਈ ਤੁਹਾਨੂੰ ਰਿਦਮ ਚਾਹੀਦਾ ਜਾਂ ਇੱਕ ਉਦਾਂ ਦਾ ਕੋਈ ਮਾਹੌਲ ਚਾਹੀਦਾ ਤੇ ਬੋਲੀ ਮੈਂ ਹੁਣ ਜੇ ਗਾ ਕੇ ਸੁਣਾਊਂਗਾ ਤਾਂ ਬਾਹਰ ਮੇਰੀ ਆਵਾਜ਼ ਜਾਏਗੀ ਤੇ हाँ तुम मैं एक फिर बोली सुना दिना हो रोइया दा है देश मालवा उड्डन वा वरोले जोना मोड़ सूरमा पारी कौन बरोबर बोले डोगर वड्या प्या डूंगी टा बना दे ओले जेड़े रूप दा मान तू कर दी एन हुसन दे चोले आऊ हनेरी झाड़ दू इना उडगे कबूतर गोले सिर ते मापियां दे ऐशा करन पटोले सिर ते मापियां दे ऐशा करन पटोले सिर ते मापियां दे बिल्कुल सो मैं लगता जट जोना मोड़ दी कहानी तुसी इना इना तुक्कां दे विच सुना दित्ती है इस बोली दे विच सुना दित्ती है बिल्कुल सारी तां नहीं खैर क्योंकि जिहड़े साडे लोक नायक होए ने भावें जोना मोड़ होवे भावें सुच्चा सूरमा होवे भावें ਉਹ ਸਾਡੀਆਂ ਬੋਲੀਆਂ ਦੇ ਵਿੱਚ ਆਮ ਲੋਕਾਂ ਦੇ ਮੂੰਹ 'ਤੇ ਚੜ੍ਹੀਆਂ ਹੋਈਆਂ ਨੇ ਅਤੇ ਇਸ ਕਰਕੇ ਉਹ ਕੁਦਰਤੀ ਵਿੱਚ ਇਹ ਮਾਲਵੇ ਦਾ ਵੀ ਜ਼ਿਕਰ ਆ ਗਿਆ ਜਿਉਣੇ ਮੌੜ ਦਾ ਵੀ ਜ਼ਿਕਰ ਆ ਗਿਆ ਬਿਲਕੁਲ ਸੋ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਸੱਚੀ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਤੁਸੀਂ ਇਸ ਸੰਗੀਤਕਾਰੀ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਸਾਜ਼ਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਢੱਡ ਦੀ ਗੱਲ ਕੀਤੀ ਸੀ ਨਾ ਔਰ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਏਗਾ ਕਿ ਢੱਡ ਦਾ ਕੀ ਮਤਲਬ ਹੈ ਅਸੀਂ ਅਕਸਰ ਜਦੋਂ ਦੂਰੋਂ ਦੇਖਦੇ ਹਾਂ ਤਾਂ ਇਸ ਚੀਜ਼ ਨੂੰ ਢੋਲ ਹੀ ਕਿਹਾ ਜਾਂਦਾ ਹੈ ਨਾ ਪਰ ਇਹ ਦੇਖੋ ਕਿੰਨਾ ਜ਼ਿਆਦਾ ਫਰਕ ਹੈ ਇਹਨਾਂ ਅੱਖਰਾਂ ਦੇ ਵਿੱਚ ਨਾ ਔਰ ਸ਼ਾਇਦ ਉਹਨਾਂ ਨੂੰ ਇਹ ਚੀਜ਼ ਬੋਲਣੀ ਵੀ ਨਾ ਆਵੇ ਨਹੀਂ ਢੱਡ ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿਉਂਕਿ ਜਿਹੜਾ ਢ ਤੇ ਟ ਤੇ ਡ ਇਦਾਂ ਦੇ ਸ਼ਬਦ ਨੇ ਜਿਹੜੇ ਤੇ ਜਿਹੜੇ ਸਾਡੀਆਂ ਜਿਹੜੀਆਂ ਪਲੇਟਲ ਸਾਊਂਡ ਨੇ ਨਾ ਸਾਡੀਆਂ ਉਹਦੇ ਨਾਲ ਜੁੜੇ ਹੋਏ ਨੇ ਤੇ ਇਹ ਜਦੋਂ ਇਕੱਠੇ ਆ ਜਾਂਦੇ ਫਿਰ ਇਹਨਾਂ ਦੇ ਬੋਲਣ 'ਚ ਸਮੱਸਿਆ ਆਉਂਦੀ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਬੋਲਿਆ ਨਹੀਂ ਜਾਂਦਾ ਪਰ ਮੈਂ ਇਹਦੀ ਇੱਕ ਸਾਜ਼ ਦੀ ਇੱਕ ਖਾਸੀਅਤ ਇਹ ਦੱਸਦਾ ਵੀ ਇਹ ਸਾਜ਼ ਸਿਰਫ ਇੱਕ ਹੱਥ ਨਾਲ ਵੱਜਦਾ ਅਤੇ ਜਿੱਦਾਂ ਢੋਲ ਢੋਲਕ ਸਾਰੇ ਸਾਜ਼ ਤਬਲਾ ਪਖਾਵਜ ਦੋਵੇਂ ਹੱਥਾਂ ਨਾਲ ਵੱਜਦੇ ਆ ਨਾ ਜੀ ਇਹ ਇੱਕ ਹੱਥ ਨਾਲ ਸਿਰਫ ਜਿਹੜੀ ਇਹਦੀ ਤਣੀ ਖਿੱਚ ਕੇ ਇਹਦੀ ਜਿਹੜੀ ਢਿੱਲੀ ਕਲ ਨੂੰ ਕਰਕੇ ਤਾਲ ਨੂੰ ਅਤੇ ਆਵਾਜ਼ ਬਦਲੀ ਜਾਂਦੀ ਹੈ ਅਤੇ ਪਰ ਜਿਹੜੀ
ताल है वो सिर्फ एक हाथ नाल ही दिती जाती है, पर एक हाथ नाल भी पूरा रिदम ये कुछ मर्जी जी है, कैरवा बजा लो, ढाइया बजा लो, कुछ मर्जी जिहड़ा मर्जी तो ताल बजा लो, ये एक साज की खासियत है। जिन्हों ढाडी ढड नहीं बजाने आती उन्हों कोई ढाडी नहीं समझता, ठीक है ना। सारंगी भावें ना आती हो पर ढड जी बजाने जरूर आनी चाहिए है, तो इस करके बहुत महत्वपूर्ण छोटा जा साज है, तो भावें इदा कश्च लुको के लै जाओ जेब च पा के लै जाओ, तो पर जो महत्वपूर्ण बहुत है। बिल्कुल। सो इस ढाडी की खासियत दसती है ना, एक पंजाबीयत की अपनी बड़ी खासियत है कि जेकर पिछोकड़ जो है जो घर कोई टीचर है तो अगर बच्चा भी टीचर बनता है, जो कोई डॉक्टर है तो डॉक्टर भी है। सो तुम एक बहुत चंगे संगीतकार हो, नाटककार हो, सो थी फैमिली के कोई पिछोकड़ सी? नहीं, मैं संगीतकार नहीं हाँ असल च, ना ही मैं नाटककार हाँ, मैं तो सिर्फ एक करिंदा हाँ जी। तो इस जिमें कोई कैमिस्ट्री की दुकान पर कोई लग्या हुंदा ना, उन्हों हरेक दवाई का पता हुंदा भी केड़ी कित्थे पई है, उन्हों भी पता हुंदा भी केड़ी बीमारी की केड़ी दवाई है, क्योंकि डेली उहदा यही काम हुंदा है, कोई पेट दर्द वाला आ गया, सिर दर्द वाला, उन्हों केड़ी दवाई देनी है। हुण मेरा इन्ना क तजर्बा है, बस उस तजर्बे च मैं गल्लां करी जांदा, अदरवाइज नहीं कोई मेरा इस तरह का नहीं। तो पर यह मैं थिएटर किया है, पर मैं नाटककार नहीं हाँ, कलाकार के तौर पर जां डायरैक्टर के तौर पर काम किया। तो बाकी क्योंकि तुहाडा लगाओ, तुहाडा संदेह, तुहाडा प्यार होना चाहिए, लोग साजा नाल मेरा लगाओ है बचपन तो, ये भी एक कारण है। बिल्कुल। सो बहुत माण महसूस करते हैं असं कि तुसी पंजाबीयत नूं इन्ना उच्चा चक्कन वास्ते पहलकदमी कर रहे हो, उपराला कर रहे हो, जिस तरह के साज इत्थे तैयार किए गए ने, रखे गए ने, और बच्चों नूं भी अगे तुसी इस चीज़ की जिहड़ी है वह जिहड़ी जानकारी दे रहे हो। सो थैंक यू सो मच सर। हाँ जी धन्यवाद जी, तुहाडा भी बहुत बहुत धन्यवाद तुहाडे चैनल। सो जिस तरह के नाल असी साजा की अज गलबात की है इस एपीसोड दे विच, असी विरसे दे विच उन्हां साजा की गल की है जो अज असी भुली बैठे हैं कि किस तरह के साज उस जमाने दे विच बजाए जाते सी, जिहड़े साडे उगे संगीतकार ने नाटककार ने उन्हां दे वल्लों जिन्हां साजा की वरतू की जाती सी, ते होर भी कई सारिया चीज़ा ने जो खास तौर पर इत्थे रखिया गई ने और अपने पंजाबी सभ्याचार नूं उच्चा चकन लई बहुत ही वड्डी पहलकदमी जिहड़ी है की गई है। सो फिर हाजिर होवांगे एक नवी पेशकश के नाल, तद तक दिली मैनू दिओ इजाजत, धन्यवाद।